लुधियाना के जगराओ पुल तो एक आटो तो तेजाब का डब्बा नीचे डिग गया जिस कारण तेजाब निकल के पुल ते ही फैल गया जिस तो बाद लोगों की हलचल मच गई। एक घटना आटो का पिछला दरवाजा खुलन कारण वापरी दसी जा रही है पर आटो चालक ने दोष लगाया कि बस ने उसनूं टक्कर मारती जिस कारण कैन फट गया तेजाब सड़क से डिग गया। तुहानूं दस दईए कि इस तो बाद आटो चालक मौके तो फरार हो गया सी। जगराओ पुल ते तेजाब डिगन के कारण चारे पासे भयानक बदबू फैल गई। उत्थे करीब एक घंटे तक स्थिति काफी बिगड़ रही। उत्थे आउण जाण लोगों नूं भी काफी दिक्कतों का सामना करना पिया पर बाद विच पुलिस ने उस ड्राइवर नूं गिरफ्तार कर लिया। पुलिस ने जिस तो बाद फायर ब्रिगेड के कर्मचारी नूं बुलाया ते जल तो पन्ना तेजाब हटवा के आवाजाई नूं तुरंत चालू करवा दिता। प्रदीप कुमार है जी। आटो पेंचर होया, मैं गड्डी साइड लाई, पिछों बस वाले ने टक्कर मारती, कैनी फट गई कैमिकल दी, उहदे नाल थोड़ी जी स्मैल सड़क हो गई। फिर माल पानी मंगा के पानी पूनी पवा के कराता है, माल जिंदा सी जिंदा भिजवाता। आटो पेंचर है, आटो पेंचर ने देखा है। मैटर है जी, इत्थे कोई आटो आ रहा सी, उहदे विच कोई तेजाब वगैरह लग गया सी, ਉਹ ਆ ਜਗਰਾਓਂ ਪੁਲ ਦੇ ਉੱਤੇ ਉਹਦੇ ਚੋਂ ਕੈਨੀਆਂ ਦੋ ਕਿਤੇ ਪਲਟ ਗਈਆਂ ਥੱਲੇ, ਅਤੇ ਉਹ ਉਹਦੇ ਨਾਲ ਕੋਈ ਜਲਨਸ਼ੀਲ ਪਦਾਰਥ ਹੋਣ ਕਰਕੇ ਨਾ ਉਹ ਕਾਫੀ ਮਤਲਬ ਚੜ੍ਹ ਰਿਹਾ ਸੀ ਸਾਹ ਦੇ ਨਾਲ ਵੀ, ਅਤੇ ਉਹ ਫਾਇਰ ਬ੍ਰਿਗੇਡ ਮੰਗਾ ਕੇ ਉੱਥੇ ਫਟਾਫਟ ਉਹਦੇ ਉੱਤੇ ਪਾਣੀ ਪਾ ਕੇ ਕੰਟਰੋਲ ਕੀਤਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੀ। ਅਤੇ ਇੰਨੀ ਦੇਰ ਨੂੰ ਉਹ ਆਟੋ ਉੱਥੋਂ ਖਿਸਕ ਗਿਆ ਲੈ ਕੇ, ਪਰ ਉਹ ਅੱਗੇ ਜਾ ਕੇ PCR ਨੇ ਰੋਕ ਲਿਆ ਆਟੋ ਵਾਲ ਤਾਂ ਛੱਡ ਕੇ ਉਹ ਭੱਜ ਗਿਆ ਡਰਾਈਵਰ। ਬਾਕੀ ਉਹ ਤਾਂ ਹਕੀਕਤ ਕਰਦੇ ਹਾਂ ਵੀ ਉਹਦੇ ਵਿੱਚ ਕੀ ਸੀ ਅਤੇ ਕੀ ਸਮਾਨ ਆਏ ਨਹੀਂ ਇਹਦੇ ਬਾਰੇ ਮੈਂ ਨਹੀਂ ਜੀ ਕੁਛ ਵੀ ਦੱਸ ਸਕਦਾ। ਤਾਂ ਹੁਣ ਸਵੇਰੇ ਕੋਈ ਮਾਹਰਾਂ ਨੂੰ ਬੁਲਾ ਕੇ ਦੇਖਾਂਗੇ ਵੀ ਕਿਹੜਾ ਪਦਾਰਥ ਹੈ। ਹਾਂਜੀ ਰੋਡ ਸਾਫ਼ ਕਰਾ ਦਿੱਤੀ ਕੰਪਨੀ ਬਾਰੇ ਜੀ ਮੈਂ ਨਹੀਂ ਕੁਛ ਦੱਸ ਸਕਦਾ, ਮੈਂ ਐਕਸਪਰਟ ਨਹੀਂ ਹੈਗਾ ਇਸ ਕੰਮ ਦਾ। ਇਹਦੇ ਬਾਰੇ ਤਾਂ ਹੁਣ ਸਵੇਰੇ ਆਪਣਾ ਇਹਦਾ ਨਮੂਨਾ ਲੈ ਕੇ ਭੇਜ ਕੇ ਜਾਂ ਕਿਸੇ ਐਕਸਪਰਟ ਤੋਂ ਚੈੱਕ ਕਰਾ ਕੇ ਪਤਾ। ਆਟੋ ਦਾ ਪਿਆਗੋ ਆ ਜਿਹੜੇ ਹੁੰਦੇ ਆ ਆਪਾਂ ਆਟੋ ਹੋਣ ਵਾਲਾ, ਉਹ ਕਰੀਬ ਅੱਧਾ ਕੁ ਘੰਟਾ ਪਹਿਲਾਂ ਦੀ ਗੱਲ ਹੈ ਜੀ। ਅਜੇ ਕੁਛ ਨਹੀਂ ਜੀ ਪਤਾ, ਅਜੇ ਉਹ ਮਿਲਿਆ ਹੀ ਨਹੀਂ ਗਾ ਜੀ। ਮਿਲੂਗਾ ਤਾਂ ਫੇਰ ਹੀ ਪਤਾ ਲੱਗੂਗਾ ਵੀ ਕੀ ਆ, ਕਿਹੜਾ ਕੈਮੀਕਲ ਆ, ਕਿਉਂ ਬਿੱਲ ਹੈ ਜਾਂ ਨਹੀਂ ਹੈ। ਇਹ ਜਗਰਾਓਂ ਪੁਲ ਤੇ ਜੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਥੋੜ੍ਹਾ ਜਿਹਾ ਉਰੇ। ਠੀਕ ਹੈ, ਧੰਨਵਾਦ। ਓਕੇ ਜੀ। ਲੁਧਿਆਣਾ ਤੋਂ ਦਿਵਿਆਂਸ਼ੂ ਦੀ ਵਿਸ਼ੇਸ਼ ਰਿਪੋਰਟ।